ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ, ਜਦੋਂ ਹਾਕੀ ਦੇ ਮੁਕਾਬਲੇ ਕਰਾਉਣ ਵਾਸਤੇ ਵਿਸ਼ੇਸ਼ ਤੌਰ ਤੇ ਸਮਰਾਇਆ ਵਿਖੇ ਪਹੁੰਚ ਸੰਤ ਬਲਵੀਰ ਸਿੰਘ ਸੀਚੇਵਾਲ। ਅੱਜ ਤੋਂ 50 ਸਾਲ ਪਹਿਲਾਂ 550 ਸਾਲ ਦਿਹਾੜਾ ਮਨਾਇਆ। ਉਸ ਵੇਲੇ ਹਵਾ ਵੀ ਸ਼ੁੱਧ ਸੀ, ਪਾਣੀ ਵੀ ਸ਼ੁੱਧ ਸੀ ਤੇ ਧਰਤੀ ਵੀ ਬਿਲਕੁਲ ਸਾਫ਼ ਸੁਥਰੀ ਪਵਿੱਤਰ ਸੀ। ਅੱਜ ਤਿੰਨੇ ਚੀਜ਼ਾਂ ਦਾ ਜਿਹੜਾ ਵਿਗਾੜ ਹੈ ਉਹ ਕਿਸੇ ਨੂੰ ਬਾਹਰੋਂ ਆਣ ਕੇ ਨਹੀਂ ਕੀਤਾ, ਉਹ ਆਪ ਹੀ ਅਸੀਂ ਕੀਤਾ ਅਤੇ ਆਪ ਹੀ ਅਸੀਂ ਜਦੋਂ ਸਾਰੇ ਜਾਗ ਪਵਾਂਗੇ ਸਾਨੂੰ ਇਹ ਸਮਝ ਪੈ ਜੂਗੀ ਕਿ ਅਸੀਂ ਆਪਣੇ ਪੈਰ ਕੁਹਾੜਾ ਮਾਰ ਰਹੇ ਹਾਂ ਹਵਾ ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰਕੇ। ਨਾ ਅਸੀਂ ਗੁਰੂ ਦੀ ਗੱਲ ਮੰਨ ਰਹੇ ਹਾਂ, ਨਾ ਅਸੀਂ ਸੰਵਿਧਾਨ ਦੀ ਗੱਲ ਮੰਨ ਰਹੇ ਹਾਂ ਸੰਤ ਬਲਵੀਰ ਸਿੰਘ ਜੀ ਸੀਚੇਵਾਲ, ਵਾਤਾਵਰਨ ਪ੍ਰੇਮੀ ਅਤੇ ਕੈਪੀਟਲ ਸਮਾਲ ਏਰੀਆ ਬੈਂਕ ਦੇ MD ਸਰਬਜੀਤ ਸਿੰਘ। ਇਸ ਮੌਕੇ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਨੇ ਕਿਹਾ ਕਿ ਜੋ ਸਾਡਾ ਹਵਾ ਪਾਣੀ ਦੂਸ਼ਿਤ ਹੋ ਰਿਹਾ ਹੈ ਉਸ ਦੇ ਅਸੀਂ ਆਪ ਜ਼ਿੰਮੇਵਾਰ ਹਾਂ, ਇਸ ਲਈ ਇਸ ਨੂੰ ਬਚਾਉਣਾ ਵੀ ਸਾਡਾ ਆਪਣਾ ਧਰਮ ਬਣਦਾ ਹੈ। ਇਸ ਉਪਰੰਤ ਉਹਨਾਂ ਨੇ ਹਾਕੀ ਵਿੱਚ ਅਵਲ ਰਹੀਆਂ ਟੀਮਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਆਜ਼ਾਦ ਰੰਗਮੰਚ ਦੇ ਵੱਲੋਂ ਸਮਾਜ ਦੇ ਵਿੱਚ ਫੈਲ ਰਹੀਆਂ ਕੁਰੀਤੀਆਂ ਨੂੰ ਲੈ ਕੇ ਇੱਕ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ। ਅੱਜ ਤੋਂ 50 ਸਾਲ ਪਹਿਲਾਂ 550 ਸਾਲ ਦਿਹਾੜਾ ਮਨਾਇਆ। ਉਸ ਵੇਲੇ ਹਵਾ ਵੀ ਸ਼ੁੱਧ ਸੀ, ਪਾਣੀ ਵੀ ਸ਼ੁੱਧ ਸੀ ਤੇ ਧਰਤੀ ਵੀ ਬਿਲਕੁਲ ਸਾਫ਼ ਸੁਥਰੀ ਪਵਿੱਤਰ ਸੀ। ਅੱਜ ਤਿੰਨੇ ਚੀਜ਼ਾਂ ਦਾ ਜਿਹੜਾ ਵਿਗਾੜ ਹੈ ਉਹ ਕਿਸੇ ਨੂੰ ਬਾਹਰੋਂ ਆਣ ਕੇ ਨਹੀਂ ਕੀਤਾ, ਉਹ ਆਪ ਹੀ ਅਸੀਂ ਕੀਤਾ ਅਤੇ ਆਪ ਹੀ ਅਸੀਂ ਜਦੋਂ ਸਾਰੇ ਜਾਗ ਪਵਾਂਗੇ ਸਾਨੂੰ ਇਹ ਸਮਝ ਪੈ ਜੂਗੀ ਕਿ ਅਸੀਂ ਆਪਣੇ ਪੈਰ ਕੁਹਾੜਾ ਮਾਰ ਰਹੇ ਹਾਂ ਹਵਾ ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰਕੇ। ਨਾ ਅਸੀਂ ਗੁਰੂ ਦੀ ਗੱਲ ਮੰਨ ਰਹੇ ਹਾਂ, ਨਾ ਅਸੀਂ ਸੰਵਿਧਾਨ ਦੀ ਗੱਲ ਮੰਨ ਰਹੇ ਹਾਂ ਅਤੇ ਨਾ ਹੀ ਅਸੀਂ ਵਿਗਿਆਨ ਦੀ ਗੱਲ ਮੰਨ ਰਹੇ ਹਾਂ। ਅਸੀਂ ਵਿਗਿਆਨਕ ਤੌਰ 'ਤੇ ਵੀ ਜੇ ਗੰਦੇ ਪਾਣੀ ਪਾਵਾਂਗੇ ਪੀਣ ਵਾਲੇ ਪਾਣੀਆਂ 'ਚ ਉਹਦੇ ਕੀ ਰਿਜ਼ਲਟ ਆ ਸਕਦੇ ਆ। ਸੰਵਿਧਾਨਕ ਤੌਰ 'ਤੇ ਵੀ 1974 ਦੇ ਐਕਟ ਦੇ ਵਿੱਚ ਇਸ ਗੰਦੇ ਪਾਣੀਆਂ ਨੂੰ ਅਤੇ ਨਾਲ ਦੀ ਨਾਲ ਜਿਹੜਾ ਗੁਰੂ ਮਹਾਰਾਜ ਵੀ ਸਾਨੂੰ ਇਹ ਕਹਿੰਦੇ ਭਾਈ ਹਵਾ ਪਾਣੀ ਧਰਤੀ ਇਹਨਾਂ ਨੂੰ ਬਚਾਉਣਾ। ਸੋ ਅਸੀਂ ਜੇ ਹਵਾ ਪਾਣੀ ਧਰਤੀ ਨੂੰ ਬਚਾ ਲਾਂਗੇ ਸਾਡਾ ਭਵਿੱਖ ਸੁਰੱਖਿਅਤ ਆ ਅਤੇ ਰੋਗ ਰਹਿਤ ਹੋਣਗੇ ਸਾਡੇ ਬੱਚੇ, ਚੰਗੇ ਖਿਡਾਰੀ ਬਣਨਗੇ, ਚੰਗੇ ਲੋਕ ਜਿਹੜੇ ਹੈਗੇ ਅੱਗੇ ਆਉਣਗੇ। ਹਰ ਤਰ੍ਹਾਂ ਦੇ ਨਾਲ ਪ੍ਰਦੂਸ਼ਣ ਸਾਨੂੰ ਜਿਹੜਾ ਪ੍ਰਭਾਵਿਤ ਕਰ ਰਿਹਾ ਅੱਜ ਲੋੜ ਆ ਅਤੇ ਹਰ ਚੀਜ਼ ਵਾਸਤੇ ਕਿ ਅਸੀਂ ਸਿਹਤ ਜ਼ਰੂਰੀ ਹੈ, ਬਾਕੀ ਗੱਲਾਂ ਬਾਅਦ ਦੇ ਵਿੱਚ ਆ ਕੇ ਸਿਹਤ ਸ਼ੁੱਧ ਹਵਾ ਸ਼ੁੱਧ ਪਾਣੀ ਸ਼ੁੱਧ ਖੁਰਾਕ ਕਰ ਰਹੇ ਸਕਦੇ। ਅਸੀਂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰ ਰਹੇ ਹਾਂ ਕਿ ਤੰਦਰੁਸਤੀ ਦਾ ਖੇਡ ਮੇਲਾ ਇਹ ਲੀਗ ਜਿਹੜੀ ਤੁਸੀਂ ਕਰਵਾਈ ਹੈ ਇਹਦੇ ਨਾਲ ਬੱਚਿਆਂ ਵਿੱਚ ਹੋਰ ਉਤਸ਼ਾਹ ਪੈਦਾ ਹੋਊਗਾ। ਆਸ ਕਰਦੇ ਹਾਂ ਕਿ ਸਾਡੇ ਬੱਚੇ ਵੱਧ ਤੋਂ ਵੱਧ ਖੇਡਾਂ ਵੱਲ ਜਾਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਜਿਹੜੇ ਹੈ ਜਿੱਥੇ ਵੀ ਬੈਠੇ ਆ ਇਹ ਵਾਤਾਵਰਨ ਨੂੰ ਬਚਾਉਣ ਵਾਸਤੇ ਆਪਣਾ ਜੀਵਨ ਖੇਡਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵੀਂ ਕੈਪੀਟਲ ਸਮਾਲ ਫਾਈਨੈਂਸ ਪੇਂਡੂ ਹਾਕੀ ਲੀਗ ਦੇ ਜਿਹੜੇ 5 ਸਾਲ ਪੂਰੇ ਹੋ ਚੁੱਕੇ ਆ, ਫਾਈਨਲ ਮੁਕਾਬਲੇ ਅੱਜ ਬੜੇ ਸ਼ਾਨਦਾਰ ਹੋਏ ਜਿਹਦੇ ਵਿੱਚ ਸਾਡੇ ਇਸ ਇਲਾਕੇ ਦੀਆਂ 80 ਟੀਮਾਂ ਨੇ ਹਿੱਸਾ ਲਿਆ ਔਰ ਸੀਚੇਵਾਲ ਅੰਡਰ 17 ਚੈਂਪੀਅਨ ਰਹੀ ਆ। ਸੋ ਇਹ ਲੀਗ ਅਗਲੇ ਸਾਲ ਨਵੰਬਰ ਦੇ ਪਹਿਲੇ ਹਫ਼ਤੇ ਸੰਨ 2020 ਦੇ ਵਿੱਚ ਸੀਚੇਵਾਲ ਤੋਂ ਸਟਾਰਟ ਹੋਵੇਗੀ। ਦੋਸਤੋ, ਮੈਂ ਧੰਨਵਾਦ ਕਰਦਾ ਜਿਹੜੀਆਂ ਵੀ ਸ਼ਖਸੀਅਤਾਂ ਇੱਥੇ ਪਹੁੰਚੀਆਂ, ਸੰਤ ਬਲਵੀਰ ਸਿੰਘ ਸੀਚੇਵਾਲ, ACP ਕੈਂਟ ਔਰ ਸਰਬਜੀਤ ਸਿੰਘ ਸਮਰਾ ਜਿਹੜੇ MD ਨੇ ਕੈਪੀਟਲ ਬੈਂਕ ਦੇ ਉਹ ਪਹੁੰਚੇ, ਔਰ ਅਮਰਜੀਤ ਸਿੰਘ ਸਮਰਾ ਚੇਅਰਮੈਨ ਮਾਰਕੀਟ ਪੰਜਾਬ ਔਰ ਸਾਰੇ ਸਪੋਂਸਰ ਹੋਰ ਵੀ ਔਰ ਦਰਸ਼ਕ ਔਰ ਖਿਡਾਰੀ ਜਿੰਨੇ ਵੀ ਪਹੁੰਚੇ ਉਹਨਾਂ ਦਾ ਧੰਨਵਾਦ ਕਰਦਾ।
ਔਰ ਆਸ ਕਰਦਾ ਕਿ ਆਪਾਂ ਇਲਾਕੇ ਨੂੰ ਸਪੋਰਟਸ ਨੂੰ ਉੱਪਰ ਚੱਕਣ ਲਈ ਹੋਰ ਵੀ ਉਪਰਾਲੇ ਕਰਾਂਗੇ ਤਾਂ ਕਿ ਸਾਡੇ ਇਲਾਕੇ ਦੀ ਜਿਹੜੀ ਖੇਡਾਂ ਹੋਰ ਉੱਪਰ ਜਾਣ, ਸਪੋਰਟਸ ਉੱਪਰ ਜਾਵੇ। ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ ਤੁਸੀਂ ਹਾਕੀ ਲਈ ਕੁਛ ਕਰੋ, ਹਾਕੀ ਤੁਹਾਡੇ ਲਈ ਬਹੁਤ ਕੁਛ ਲਈ ਬੈਠੀ ਹੈ, ਹਾਕੀ ਤੁਹਾਡਾ ਕੱਲ੍ਹ ਸਵਾਰੇਗੀ, ਹਾਕੀ ਵਿੱਚ ਬਹੁਤ ਨੌਕਰੀਆਂ ਨੇ, ਜੋਬਾਂ ਨੇ, ਇੱਕ ਚੰਗੇ ਨਾਗਰਿਕ ਬਣ ਸਕਦੇ। ਬੱਚਿਆਂ ਨੂੰ ਅਪੀਲ ਕਰਦਾ ਦੋਸਤੋ ਤੁਸੀਂ ਗਰਾਊਂਡਾਂ ਵਿੱਚ ਆਓ, ਮੈਂ ਪੇਰੈਂਟਸ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਉਂਗਲੀ ਫੜ ਕੇ ਗਰਾਊਂਡ 'ਚ ਲੈ ਕੇ ਆਓ, ਗਰਾਊਂਡ ਉਹਨਾਂ ਨੂੰ ਸਟਾਰ ਬਣਾ ਕੇ ਭੇਜੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੋ, ਗੱਲ ਚਾਹੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਦੀ ਹੋਵੇ ਜਾਂ ਦੂਸ਼ਿਤ ਹੋ ਰਹੇ ਵਾਤਾਵਰਣ ਦੀ, ਹਰ ਚੀਜ਼ ਨੂੰ ਸੁਧਾਰਨ ਵਾਸਤੇ ਇਨਸਾਨ ਆਪ ਹਮਲਾ ਮਾਰੇ ਤਾਂ ਕਿਹੜੀ ਚੀਜ਼ ਅਜਿਹੀ ਹੈ ਜੋ ਨਹੀਂ ਸੁਧਰ ਸਕਦੀ? ਕਿਉਂਕਿ ਅਗਰ ਅੱਜ ਸਭ ਕੁਝ ਬਰਬਾਦ ਹੁੰਦਾ ਹੋਇਆ ਸਾਨੂੰ ਨਜ਼ਰ ਆ ਰਿਹਾ ਹੈ, ਦੂਸ਼ਿਤ ਹੁੰਦਾ ਹੋਇਆ ਸਾਨੂੰ ਨਜ਼ਰ ਆ ਰਿਹਾ ਹੈ, ਤਾਂ ਉਸ ਦੇ ਜ਼ਿੰਮੇਵਾਰ ਵੀ ਅਸੀਂ ਆਪ ਹੀ ਹਾਂ, ਜਿੱਦਾਂ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨੇ ਕਿਹਾ। ਅਤੇ ਜੇਕਰ ਹਰ ਇਨਸਾਨ ਇਹ ਪ੍ਰਣ ਲੈ ਲਵੇ ਕਿ ਉਹ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖੇਗਾ, ਗੰਦਗੀ ਨਹੀਂ ਫੈਲਾਏਗਾ, ਵਾਤਾਵਰਣ ਦੂਸ਼ਿਤ ਨਹੀਂ ਹੋਣ ਦੇਵੇਗਾ, ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਪੰਜਾਬ ਤੱਕ ਹੀ ਪੂਰੇ ਭਾਰਤ ਦੀ ਆਬੋ ਹਵਾ ਬਿਲਕੁਲ ਸਾਫ਼ ਸੁਥਰੀ ਅਤੇ ਤੰਦਰੁਸਤ ਹੋ ਜਾਵੇਗੀ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਈ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।